ने उन बैनर के बंद करो, नहीं चलेगी। साला मजदूरों का एक जिंदाबाद, जिंदाबाद, जिंदाबाद। साला मजदूरों का एक जिंदाबाद, जिंदाबाद, जिंदाबाद। जिहड़ा असी अज मोदी सरकार दा पुतला फूकिया, इनू यह ना समझा जाए कि यह कल्ले मोदी दा पुतला। मोदी दी अगवाई च जिहड़ी सरकार चल रही है, जिहड़ी कारपोरेटां दे असारे ते चल रही है, जिहड़ी सरकार कारपोरेटां वल्लों लटेरियां वल्लों तयशुदा नीतियां जिहड़ियां लागू कर रही है, इस करके अज मजदूरां वल्लों, पेंडू मजदूरां वल्लों ਇਹ ਮੋਦੀ ਦਾ ਪੁਤਲਾ ਇਸ ਕਰਕੇ ਫੂਕਿਆ ਗਿਆ ਕਿ ਜਿਹੜੇ ਤਿੰਨ ਖੇਤੀ ਵਿਰੋਧੀ ਕਾਨੂੰਨ, ਕਿਸਾਨ ਵਿਰੋਧੀ, ਖੇਤੀ ਵਿਰੋਧੀ ਅਤੇ ਖਪਤਕਾਰਾਂ ਵਿਰੋਧੀ ਕਾਨੂੰਨ ਪਾਸ ਕੀਤੇ ਨੇ, ਉਹਨਾਂ ਦਾ ਨੁਕਸਾਨ ਇਕੱਲੇ ਕਿਸਾਨਾਂ ਨੂੰ ਨਹੀਂ, ਜਿਹੜੀ ਵੀ ਚੀਜ਼ ਖੇਤੀ ਦਾ ਖੇਤ ਦੇ ਵਿੱਚੋਂ ਪੈਦਾ ਹੁੰਦੀ ਹੈ, ਜਿਹੜਾ ਵੀ ਉਹ ਚੀਜ਼ ਨੂੰ ਖੇਤੀ ਤੋਂ ਪੈਦਾ ਹੋਈ ਚੀਜ਼ ਨੂੰ ਕੰਜ਼ਿਊਮ ਕਰਦਾ ਹੈ, ਇਹਦਾ ਉਸ ਵਿਅਕਤੀ ਨੂੰ ਨੁਕਸਾਨ ਹੈ, ਸਾਰਿਆਂ ਨੂੰ ਨੁਕਸਾਨ ਹੈ। ਇਸ ਕਰਕੇ ਜਿਹੜੇ ਪਿੰਡਾਂ ਦੇ ਮਜ਼ਦੂਰ ਨੇ, ਦਲਿਤ ਨੇ, ਜਿਹੜੇ ਇਹ ਸਮਝਦੇ ਸੀ ਕਿ ਸ਼ਾਇਦ ਇਹ ਕਿਸਾਨਾਂ ਨੂੰ ਇਹ ਨੁਕਸਾਨ ਹੈ, ਇਹ ਸਮਝਦੇ ਨੇ, ਸਮਝਣ ਲੱਗੇ ਨੇ ਕਿ ਇਹਦਾ ਨੁਕਸਾਨ ਮਜ਼ਦੂਰਾਂ ਨੂੰ ਵੀ ਹੈ। ਬਿਜਲੀ ਬਿੱਲ 2020 ਭਾਵੇਂ ਕੇਂਦਰ ਸਰਕਾਰ ਨੇ ਰਾਤ ਦੀ ਮੀਟਿੰਗ ਦੇ ਵਿੱਚ ਇਹ ਮੰਨ ਲਿਆ ਕਿ ਅਸੀਂ ਇਹਨੂੰ ਲਾਗੂ ਨਹੀਂ ਕਰਾਂਗੇ, ਇਹ ਬੇਹੱਦ ਨੁਕਸਾਨਦਾਇਕ ਸੀ। ਜਿੰਨੇ ਵੀ ਐਨਰਜੀ ਨੂੰ ਵਰਤਦੇ ਲੋਕ ਨੇ, ਜਿੰਨੇ ਵੀ ਮਤਲਬ ਇਸ ਚੀਜ਼ ਨੂੰ ਵਰਤਣ ਵਾਲੇ ਲੋਕ ਨੇ, ਉਹਨਾਂ ਦੇ ਬਿਲਕੁਲ ਖਿਲਾਫ ਸੀਗਾ। ਇਸ ਕਰਕੇ ਇਹ ਕਾਨੂੰਨ ਸਰਕਾਰ ਨੇ ਵਾਪਸ ਲਿਆ, ਅਤੇ ਨਾਲ ਹੀ ਮੈਂ ਇਹ ਅੱਜ ਜਿਹੜਾ ਅਸੀਂ ਨਰੇਗਾ ਮਜ਼ਦੂਰਾਂ ਵੱਲੋਂ ਅਤੇ ਬਾਕੀ ਮਜ਼ਦੂਰਾਂ ਵੱਲੋਂ ਅਸੀਂ ਮਾਰਚ ਕੀਤਾ, ਇਹਦੇ ਵਿੱਚ ਲਗਭਗ 100% ਮਜ਼ਦੂਰ ਨੇ ਜਿਹੜੇ ਇਹ ਸਮਝਦੇ ਨੇ ਕਿ ਮੋਦੀ ਸਰਕਾਰ ਸਾਡੇ ਮਜ਼ਦੂਰਾਂ ਨਾਲ ਵੀ ਧੋਖਾ ਕਰ ਰਹੀ ਹੈ, ਮਜ਼ਦੂਰਾਂ ਨੂੰ ਵੀ ਉਹਨਾਂ ਤੋਂ ਜ਼ਿੰਦਗੀ ਜਿਉਣ ਦਾ ਹੱਕ ਖੋ ਰਹੀ ਆ ਮਜ਼ਦੂਰਾਂ ਤੋਂ। ਇਸ ਕਰਕੇ ਅਸੀਂ ਅੱਜ ਮੋਦੀ ਦਾ ਪੁਤਲਾ ਸਾੜਿਆ ਅਤੇ ਕਿਸਾਨਾਂ ਦੇ ਉਸ ਧਰਨੇ ਦੇ ਨਾਲ ਸੋਲੀਡਰਿਟੀ, ਮਤਲਬ ਉਹਨਾਂ ਦੇ ਨਾਲ ਹਮਾਇਤ ਦਾ ਦੇ ਲਈ ਅਸੀਂ ਆਵਾਜ਼ ਬੁਲੰਦ ਕੀਤੀ ਹੈ ਕਿ ਇਕੱਲੇ ਕਿਸਾਨ ਇਹ ਨਾ ਸਮਝਣ ਕਿ ਇਕੱਲੇ ਕਿਸਾਨ ਲੜ ਰਹੇ ਨੇ, ਅਸੀਂ ਮਜ਼ਦੂਰ ਤਬਕੇ ਦੇ ਲੋਕ ਜਿਨ੍ਹਾਂ ਦੇ ਕੋਲ ਬਹੁਤੇ ਸਾਧਨ ਨਹੀਂ ਹੁੰਦੇ, ਕਮਾਈ ਦੇ ਸਾਧਨ ਨਹੀਂ, ਇਸ ਕਰਕੇ ਅੱਜ ਸਥਾਨਕ ਪੱਧਰ ਦੇ ਉੱਤੇ ਮੋਦੀ ਦਾ ਪੁਤਲਾ ਸਾੜ ਕੇ ਅਸੀਂ ਉਹਨਾਂ ਨਾਲ ਸੋਲੀਡਰਿਟੀ ਜਿਹੜੀ ਆ ਉਹ ਕੀਤੀ ਆ, ਮਤਲਬ ਹਮਦਰਦੀ ਜ਼ਾਹਰ ਕੀਤੀ ਆ। ਇਹ ਅੱਜ ਦੇ ਸਾਡੇ ਪੁਤਲੇ ਸਾੜਨ ਦਾ ਅਤੇ ਇਹਦਾ ਅੱਜ ਦਾ ਮਕਸਦ ਸੀ ਸਾਡਾ।